ਜੇ ਤੂੰ ਕਦੇ ਰਾਵੀ ਲੰਘ ਜਾਵੇ, ਹਯਾਤੀ ਪੰਜਾਬੀ ਬਣ ਜਾਵੇ, ਮੈਂ ਬੀੜੀਆਂ ਹਜ਼ਾਰ ਤੋੜ ਲਾਂ, ਮੈਂ ਪਾਣੀ ਚੋਂ ਸਾਹ ਨਿਚੋੜ ਲਾਂ। ਤੁਸੀਂ ਸੋਚ ਰਹੇ ਹੋਗੇ ਮੈਂ ਆ ਗਾਣਾ ਕਿਉਂ ਗਾ ਰਹੀ ਹਾਂ, ਬਿਕੋਜ਼ ਇਹ ਮੇਰੇ ਫੇਵਰੇਟ ਸਿੰਗਰ ਦਾ ਮੇਰਾ ਫੇਵਰੇਟ ਸੌਂਗ ਹੈ ਰਾਵੀ, ਔਰ ਇਹ ਗਾਇਆ ਸੱਜਾਦ ਅਲੀ ਨੇ। ਸੋ ਜਦੋਂ ਮੈਂ ਅੱਜ ਸਵੇਰੇ ਉੱਠ ਕੇ ਵੇਖਿਆ ਵੀ ਕੋਕ ਸਟੂਡੀਓ ਪਾਕਿਸਤਾਨ ਸੀਜ਼ਨ 15 ਨੇ ਕਿਹੜਾ ਗਾਣਾ ਕੱਢਿਆ ਹੈ, ਕਿਹੜਾ ਗਾਣਾ ਆਇਆ ਉਹਨਾਂ ਵੱਲੋਂ, ਉਹ ਸੀਗਾ ਚੱਲ ਚੱਲੀਏ। ਤੇ ਜਦੋਂ ਮੈਂ ਵੇਖਿਆ ਵੀ ਕਿਹਨੇ ਗਾਇਆ ਹੈ, ਉਹ ਗਾਇਆ ਸੱਜਾਦ ਅਲੀ ਨੇ ਤੇ ਫਰਹੀਨ ਰਜ਼ਾ ਜਾਫਰੀ ਨੇ। ਆਈ ਡੋਂਟ ਨੋ ਇਫ ਹੈਵ ਹਰਡ ਫਰਹੀਨ ਰਜ਼ਾ ਜਾਫਰੀ ਬਿਫੋਰ, ਬਟ ਸੱਜਾਦ ਅਲੀ ਇਜ਼ ਵਨ ਆਫ ਮਾਈ ਫੇਵਰੇਟ ਸਿੰਗਰਸ ਐਂਡ ਆਈ ਐਮ ਸੋ ਈਗਰ ਟੂ ਲਿਸਨ ਟੂ ਹਿਸ ਸੌਂਗ। ਯੂ ਨੋ, ਜਿਹੜੇ ਸਿੰਗਰਸ ਆਪਾਂ ਸੁਣਦੇ ਹਾਂ, ਜਿਹਨਾਂ ਨੂੰ ਆਪਾਂ ਰੋਜ਼ ਸੁਣਦੇ ਹਾਂ, ਜਿਹਨਾਂ ਦੇ ਗਾਣੇ ਆਪਾਂ ਯੂ ਨੋ ਰਿਪੀਟ ਤੇ ਲੂਪ ਤੇ ਲਾ ਕੇ ਸੁਣਦੇ ਹਾਂ, ਸੋ ਕੋਕ ਸਟੂਡੀਓ ਪਾਕਿਸਤਾਨ ਤੁਸੀਂ ਫਾਈਨਲੀ ਲੈ ਆਇਓ ਸੱਜਾਦ ਅਲੀ ਨੂੰ। ਇੱਕ ਨੋਸਟੈਲਜਿਕ ਮੂਮੈਂਟ ਹੈ ਜਿਹਦੇ ਵਿੱਚ ਯੂ ਨੋ ਕੋਕ ਸਟੂਡੀਓ ਪਾਕਿਸਤਾਨ ਦੇ ਜਿਹੜੇ ਸਾਰੇ ਪੁਰਾਣੇ ਸੀਜ਼ਨਸ ਨੇ, ਹੈ ਨਾ, ਉਹ ਦਿਮਾਗ 'ਚ ਆ ਜਾਂਦੇ ਆ ਵਾਰ ਵਾਰ ਕਿ ਯੂ ਨੋ ਕਿੰਨੇ ਸਾਰੇ ਗਾਣੇ ਇਹਨਾਂ ਨੇ ਗਾਏ ਨੇ। ਸੋ ਬਿਨਾਂ ਟਾਈਮ ਵੇਸਟ ਕੀਤੇ ਗਾਣੇ ਨੂੰ ਸ਼ੁਰੂ ਕਰਦੇ ਹਾਂ। ਗਾਣੇ ਨੂੰ ਗਾਇਆ ਤਾਂ ਸੱਜਾਦ ਅਲੀ ਤੇ ਫਰਹੀਨ ਰਜ਼ਾ ਜਾਫਰੀ ਨੇ, ਪਰ ਗਾਣੇ ਨੂੰ ਲਿਖਿਆ ਹੈ ਸੱਜਾਦ ਅਲੀ ਤੇ ਜ਼ੁਲਫੀ ਨੇ, ਤੇ ਜਿਹੜੀ ਕੰਪੋਜੀਸ਼ਨ ਹੈ ਉਹ ਸੱਜਾਦ ਅਲੀ, ਜ਼ੁਲਫੀ ਤੇ ਸ਼ਬੀ ਅਲੀ ਦੀ ਹੈ। ਸੋ ਆਪਾਂ ਇਸ ਗਾਣੇ ਨੂੰ ਸੁਣਨਾ ਹੈ, ਬਹੁਤ ਹੀ ਉਤਸੁਕਤਾ ਇਸ ਗਾਣੇ ਨੂੰ ਸੁਣਨ ਦੀ, ਬਿਕਾਜ਼ ਸੱਜਾਦ ਅਲੀ ਦਾ ਗਾਣਾ ਹੈ ਨਾ। ਸੁਣਦੇ ਹਾਂ ਚੱਲ ਚੱਲੀਏ ਨੂੰ ਤੇ ਇਹਨੂੰ ਸੁਣਾਂਗੇ, ਇਹਦੇ ਬਾਰੇ ਗੱਲ ਕਰਾਂਗੇ ਬਾਅਦ ਵਿੱਚ। ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਕੁੱਕ ਸਟੂਡੀਓ ਸੀਜ਼ਨ 15। ਟੀਜ਼ਰ ਨੂੰ ਦੇਖ ਕੇ ਪਤਾ ਨਹੀਂ ਲੱਗ ਰਿਹਾ ਸੀ। ਮੇਰੀ ਗਲਤੀ ਸੁਣ ਲੈ ਯਾਰ, ਤੈਨੂੰ ਕੁਝ ਵੀ ਨਹੀਂ ਦਰਕਾਰ, ਚੱਲ ਚੱਲੀਏ ਹੁਣ ਨਦੀਆਂ ਦੇ ਉਸ ਪਾਰ, ਬਸ ਕਾਫੀ ਹੋ ਗਈ ਯਾਰ ਦੋ ਲੈਣਾ ਦੇ ਵਿਚਕਾਰ, ਚੱਲ ਚੱਲੀਏ ਹੁਣ ਨਦੀਆਂ ਦੇ ਉਸ ਪਾਰ। ਤੇਰੀ ਜੋ ਕਹਾਣੀ ਹੈ ਵੋ ਮੇਰੀ ਵੀ ਕਹਾਣੀ ਹੈ, ਉੱਚਾ ਉੱਚਾ ਬੋਲ ਸਾਰੇ ਜਗ ਨੂੰ ਸੁਣਾਨੀ ਹੈ, ਕੋਈ ਤੋ ਆਵਾਜ਼ ਤੁਝੇ ਨੀਂਦ ਸੇ ਜਗਾਏਗੀ, ਟੂਟਾ ਹੁਆ ਖਾਬ ਤੇਰਾ ਜੋੜ ਕੇ ਦਿਖਾਏਗੀ, ਸਪਨੋ ਸੇ ਆਗੇ ਤੁਝੇ ਯਹੀ ਲੈ ਕੇ ਜਾਏਂਗੇ, ਸਾਰੇ ਪਹਿਚਾਨ ਜਾਏਂਗੇ। ਮੇਰੀ ਗਲਤੀ ਸੁਣ ਲੈ ਯਾਰ, ਤੈਨੂੰ ਕੁਝ ਵੀ ਨਹੀਂ ਦਰਕਾਰ, ਚੱਲ ਚੱਲੀਏ ਹੁਣ ਨਦੀਆਂ ਦੇ ਉਸ ਪਾਰ, ਬਸ ਕਾਫੀ ਹੋ ਗਈ ਯਾਰ ਦੋ ਲੈਣਾ ਦੇ ਵਿਚਕਾਰ, ਚੱਲ ਚੱਲੀਏ ਹੁਣ ਨਦੀਆਂ ਦੇ ਉਸ ਪਾਰ। ਚਾਹਤਾ ਹੈ ਲੇਕਿਨ ਸੋਚੀਏ
जाती है बात जो नहीं भी होती दुनिया बनाती है पैर है जमीन पे लेकिन चांद पे निशाना है रास्ते में आने वाली आंधियां डराती है नहीं 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 डरना नहीं हुन कभी पीछे हटना नहीं जान जाएंगे ये सारे जान जाएंगे मरमर के जीने वाले कौन से जमाने हैं जिंदगी तो अखाना अचुरा हो ਵਿਚਰਣ ਵਾਲਾ ਰੱਬ ਮੰਨ ਜਾਏਗਾ ਤੇ ਆਪੇ ਸਰ ਮਾਨ ਜਾਏਗੇ ਮੇਰੀ ਗੱਲ ਤੇ ਸੁਣ ਲੈ ਯਾਰ ਤੈਨੂੰ ਕੁਝ ਵੀ ਨਹੀਂ ਦਰਕਾਰ ਚੱਲ ਚਲੀਏ ਹੁਣ ਨਦੀਆਂ ਦੇ ਉਸ ਪਾਰ ਬਸ ਕਾਫੀ ਹੋ ਗਈ ਯਾਰ ਦੋ ਲੈਣਾ ਦੇ ਵਿਚਕਾਰ ਚੱਲ ਚਲੀਏ ਹੁਣ ਨਦੀਆਂ ਦੇ ਉਸ ਪਾਰ ਚਲ ਚਲੀਏ ਹੁਣ ਨਦੀਆਂ ਦੇ ਉਸ ਪਾਰ ਬਹੁਤ ਸੋਹਣਾ ਗਾਣਾ ਬਹੁਤ ਸੋਹਣਾ ਗਾਣੇ ਦੇ ਲਿਰਿਕਸ ਨਾ ਦੇ ਆਰ ਸੋ ਬਿਊਟੀਫੁਲ ਅਤੇ ਜਿਵੇਂ ਸੱਜਾਦ ਅਲੀ ਗਾਉਂਦੇ ਆ ਆਪਣੇ ਸਟਾਈਲ ਦੇ ਵਿੱਚ ਉਹਨਾਂ ਦਾ ਇੱਕ ਸਟਾਈਲ ਹੈ ਉਹ ਮਤਲਬ ਕੋਈ ਹੋਰ ਕਾਪੀ ਕਰ ਹੀ ਨਹੀਂ ਸਕਦਾ ਔਰ ਕੋਈ ਹੋਰ ਉਸ ਸਟਾਈਲ ਨੂੰ ਇੰਬਾਈਬ ਕਰ ਹੀ ਨਹੀਂ ਸਕਦਾ ਫਰਹੀਨ ਦੀ ਆਵਾਜ਼ ਸੁਣ ਕੇ ਵੀ ਬਹੁਤ ਅੱਛਾ ਲੱਗਿਆ ਬਿਕੋਜ਼ ਪਹਿਲੀ ਵਾਰ ਸੁਣੀ ਮੈਂ ਉਹਨਾਂ ਦੀ ਆਵਾਜ਼ ਅਤੇ ਉਹਨਾਂ ਦੀ ਆਵਾਜ਼ ਬਹੁਤ ਖੁੱਲ੍ਹੀ ਆਵਾਜ਼ ਹੈ ਅਤੇ ਬਿਲਕੁਲ ਕੰਪਲੀਮੈਂਟ ਕਰ ਰਹੀ ਸੀਗੀ ਸੱਜਾਦ ਅਲੀ ਦੀ ਆਵਾਜ਼ ਦੇ ਨਾਲ ਅਤੇ ਜਿਵੇਂ ਦਾ ਉਹਨਾਂ ਨੇ ਮਾਹੌਲ ਬਣਾਇਆ ਵਿਚਕਾਰ ਮਿਊਜ਼ੀਸ਼ੀਅਨਸ ਬੈਠੇ ਹੈ ਅਤੇ ਇੱਕ ਘਰ ਦੇ ਵਿੱਚ ਸੱਜਾਦ ਅਲੀ ਨੇ ਅਤੇ ਦੂਸਰੇ ਘਰ ਦੇ ਵਿੱਚ ਅਫਕੋਰਸ ਫਰਹੀਨ ਹੈ ਅਤੇ ਦੋਵੇਂ ਆਪਸ ਦੇ ਵਿੱਚ ਨਾ ਗੱਲ ਕਰ ਰਹੇ ਨੇ ਅਤੇ ਕਹਿ ਰਹੇ ਕਿ ਹਾਂ ਚੱਲ ਚੱਲੀਏ ਨਦੀਆਂ ਦੇ ਉਸ ਪਾਰ ਚੱਲ ਚੱਲੀਏ ਆਪਣਾ ਜਹਾਨ ਵਸਾਈਏ ਜਾ ਕੇ ਡਰਨ ਦੀ ਕੋਈ ਗੱਲ ਨਹੀਂ ਹੈ ਕਿਸੇ ਤੋਂ ਵੀ ਜੇ ਕਿਸੇ ਨੂੰ ਪਤਾ ਲੱਗਦਾ ਵੀ ਹੈ ਕੋਈ ਗੱਲ ਨਹੀਂ ਪਤਾ ਲੱਗ ਜਾਣ ਦੋ ਬਿਕੋਜ਼ ਅਲਟੀਮੇਟਲੀ ਪਤਾ ਲੱਗਣਾ ਹੀ ਹੈ ਐਂਡ ਵਰਡਿੰਗਸ ਦੇ ਵਿੱਚ ਲਿਰਿਕਸ ਦੇ ਵਿੱਚ ਇੰਨੀ ਸੋਹਣੀਆਂ ਲਾਈਨ ਹੈ ਨਾ ਤੇਰੀ ਜੋ ਕਹਾਣੀ ਹੈ ਉਹੀ ਮੇਰੀ ਕਹਾਣੀ ਹੈ ਅਤੇ ਸਭ ਨੂੰ ਉੱਚਾ ਉੱਚਾ ਬੋਲ ਕੇ ਸੁਣਾਉਣੀ ਹੈ ਨਾ ਬਹੁਤ ਸੋਹਣੀਆਂ ਲਿਰਿਕਸ ਨੇ ਤੇ ਸੱਜਾਦ ਅਲੀ ਨੇ ਆਪ ਲਿਖੀਆਂ ਅਫਕੋਰਸ ਤੇ ਜ਼ੁਲਫੀ ਨੇ ਨਾਲ ਲਿਖੀਆਂ ਤੇ ਕਹਿੰਦੇ ਨਾ ਕਿ ਸੁਪਨਿਆਂ ਦੇ ਵਿੱਚ ਰਹਿਣ ਤੋਂ ਇਲਾਵਾ ਤੇ ਜੇ ਤੂੰ ਆਪਣੇ ਸੁਪਨਿਆਂ ਤੋਂ ਪਾਰ ਜਾਣਾ ਹੈ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਤਾਂ ਤੂੰ ਚੱਲ ਮੇਰੇ ਨਾਲ ਹੈ ਨਾ ਤੇ ਤੈਨੂੰ ਕੋਈ ਵੀ ਰੋਕ ਨਹੀਂ ਸਕਦਾ ਤੂੰ ਚੱਲ ਮੇਰੇ ਨਾਲ ਐਂਡ ਇਟਸ ਸੋਰਟ ਆਫ ਜੁਗਲਬੰਦੀ ਬਿਟਵੀਨ ਫਰਹੀਨ ਐਂਡ ਸੱਜਾਦ ਅਲੀ ਕਿ ਉਹ ਕਹਿੰਦੀ ਹੈ ਬਾਅਦ ਚੋਂ ਕਿ ਮੈਨੂੰ ਮਤਲਬ ਆਂਧੀਆਂ ਜਿਹੜੀਆਂ ਮੈਨੂੰ ਜਿਹੜੇ ਤੂਫਾਨ ਨੇ ਉਹ ਡਰਾਉਂਦੇ ਹੈ ਫਿਰ ਸੱਜਾਦ ਅਲੀ ਆਉਂਦੇ ਤੇ ਫਿਰ ਕਹਿੰਦੇ ਹੈ ਕਿ ਹਾਂ ਤੂੰ ਡਰਨਾ ਨਹੀਂ ਕਿਸੇ ਚੀਜ਼ ਤੋਂ ਡਰਨਾ ਨਹੀਂ ਹੈ ਚੱਲ ਚੱਲੀਏ ਨਦੀਆਂ ਦੇ ਉਸ ਪਾਰ ਆਪਣੇ ਸੁਪਨਿਆਂ ਨੂੰ ਪੂਰਾ ਕਰੀਏ ਆਪਣੀਆਂ ਜਿਹੜੀ ਡ੍ਰੀਮਸ ਨੇ ਉਹਨਾਂ ਨੂੰ ਪੂਰਾ ਕਰੀਏ ਤੇ ਚੱਲੀਏ ਤੇ ਅਫਕੋਰਸ ਲਿਰਿਕਸ ਨੂੰ ਆਪਾਂ ਦੇਖਾਂਗੇ ਜ਼ਰੂਰ ਸੈਪਰੇਟਲੀ ਬਟ ਗਾਣਾ ਕਿੰਨਾ ਸੋਹਣਾ ਬਣਾਇਆ ਐਂਡ ਫਰਹੀਨ ਇਜ਼ ਲੁਕਿੰਗ ਬਿਊਟੀਫੁਲ ਸਿਟਿੰਗ ਦੇਅਰ ਮੈਂ ਐਕਚੁਲੀ ਉਹਨਾਂ ਦੀ ਪੰਜਾਬੀ
ਪੰਜਾਬੀ ਜੁੱਤੀ ਵੱਲ ਦੇਖ ਰਹੀ ਸੀ, ਮੈਨੂੰ ਇੰਨੀ ਸੋਹਣੀ ਲੱਗੀ ਹੈ। ਤੇ ਜਿਵੇਂ ਉਹਨਾਂ ਨੇ ਮਤਲਬ ਮਾਹੌਲ ਬਣਾਇਆ, ਇੱਕ ਘਰ ਹੈ ਇੱਕ ਪਾਸੇ ਤੇ ਸਜਾਦ ਅਲੀ ਉਹਦੇ ਚ ਗਾ ਰਹੇ ਨੇ ਤੇ ਪਰਹੀਨ ਜਿਹੜੀ ਉਹ ਚਬਾਰੇ ਤੇ ਬੈਠੀ ਹੈ ਐਂਡ ਸ਼ੀ ਇਜ਼ ਸਿੰਗਿੰਗ ਦੇਅਰ ਐਂਡ ਆਈ ਕੁਡ ਆਲਸੋ ਸੀ ਕਿ ਯੂ ਨੋ ਜਿਹੜੇ ਮਿਊਜ਼ੀਸ਼ੀਅਨਸ ਨੇ ਉਹਨਾਂ ਨੇ ਕੋਰਸ ਵੀ ਦਿੱਤਾ ਹੈ। ਜਿਹੜੀ ਕੋਕ ਸਟੂਡੀਓ ਦੀ ਓਲਡ ਇੱਕ ਥੀਮ ਹੈ ਜਿਹਦੇ ਵਿੱਚ ਕੋਰਸ ਵੀ ਆਉਂਦਾ ਹੈ, ਉਹ ਦੁਬਾਰਾ ਤੋਂ ਇਹਨਾਂ ਨੇ ਯੂ ਨੋ ਮੈਮਰੀਜ਼ ਫਰੈਸ਼ ਕਰਤੀਆਂ ਉਹਦੀਆਂ ਕਿ ਕੋਰਸ ਵੀ ਆਉਂਦਾ ਹੈ। ਕੋਰਸ ਪਲੇਜ਼ ਐਨ ਇੰਪੋਰਟੈਂਟ ਪਾਰਟ ਇਨ ਅ ਸੌਂਗ ਆਫਕੋਰਸ, ਤੇ ਆਹ ਗਾਣਾ ਬਹੁਤ ਸੋਹਣਾ ਬਣਾਇਆ। ਸੋ ਆਫਕੋਰਸ ਸੈਟਿੰਗ ਬਹੁਤ ਅੱਛੀ ਆ, ਅਗੈਨ ਆਪੋਜ਼ਿਟ ਘਰ ਦਿਖਾਇਆ ਦੋਨਾਂ ਦੇ ਤੇ ਉਹਨਾਂ ਨੇ ਕਿਹਾ ਵੀ ਚੱਲ ਚੱਲੀਏ ਨਦੀਆਂ ਦੇ ਉਸ ਪਾਰ, ਵੀ ਇੱਥੇ ਕੁਛ ਨਹੀਂ ਹੈਗਾ ਆਪਣੇ ਡ੍ਰੀਮਸ ਪੂਰੇ ਕਰਨ ਵਾਸਤੇ, ਆਪਾਂ ਨਦੀਆਂ ਦੇ ਉਸ ਪਾਰ ਚੱਲਦੇ ਹਾਂ, ਚੱਲ ਚੱਲੀਏ ਤੇ ਪਿੱਛੇ ਮੁੜ ਕੇ ਵੇਖਣਾ ਨਹੀਂ। ਇਹ ਮਤਲਬ ਇਹੋ ਜਿਹਾ ਗਾਣਾ ਜਿਹਦੀ ਵੇਟ ਵੀ ਹੋ ਰਹੀ ਸੀ ਆਫਕੋਰਸ, ਤੇ ਉਹ ਯਾਰਾ ਵੀ ਆਪਾਂ ਸੁਣਦੇ ਰਹੇ ਹਾਂ ਵਿੱਚ, ਤੇ 2 AM ਵਾਜ਼ ਅਨਦਰ ਵਨ ਫੋਰ ਮੀ ਐਂਡ ਦਿਸ ਸੌਂਗ ਇਜ਼ ਅਨਦਰ ਵਨ ਫੋਰ ਮੀ ਬਿਕੋਜ਼ ਚੱਲ ਚੱਲੀਏ ਇਜ਼ ਇਨ ਪੰਜਾਬੀ ਐਂਡ ਉਰਦੂ, ਹੈ ਨਾ। ਬਹੁਤ ਸੋਹਣਾ ਮਿਊਜ਼ਿਕ ਦਿੱਤਾ, ਮਟਕੇ ਦੇ ਉੱਤੇ ਵੀ ਮਿਊਜ਼ਿਕ ਵਜਾਇਆ ਤੇ ਢੋਲਕੀ ਵੀ ਹੈਗੀ ਹੈ ਇਹਦੇ ਵਿੱਚ। ਆਫਕੋਰਸ ਆਲ ਦ ਸੌਂਗਸ ਹੈਵ ਡਿਫਰੈਂਟ ਇੰਸਟਰੂਮੈਂਟਸ, ਤੇ ਉਹ ਜਿਹੜੀ ਲਾਈਨ ਆ ਜਿਹਦੇ ਵਿੱਚ ਸੱਜਾਦ ਅਲੀ ਕਹਿੰਦੇ ਨਾ ਲਾਸਟ ਦੇ ਵਿੱਚ, ਦਿਲਾਂ ਵਿੱਚ ਜਿਹੜਾ ਰੱਬ ਹੈ ਨਾ ਉਹ ਜੇ ਮੰਨ ਗਿਆ ਤਾਂ ਸਾਰਾ ਜਹਾਨ ਮੰਨ ਜਾਏਗਾ। ਸੋ ਆਫਕੋਰਸ ਲਾਈਕ ਆਈ ਸੈਡ ਬਿਫੋਰ ਐਸ ਵੈਲ ਕਿ ਲਿਰਿਕਸ ਦੇ ਵਿੱਚ ਆਪਾਂ ਫਿਰ ਤੋਂ ਜਾਵਾਂਗੇ, ਬਟ ਬਿਊਟੀਫੁਲ ਸੌਂਗ, ਮੈਨੂੰ ਬਹੁਤ ਅੱਛਾ ਲੱਗਿਆ ਗਾਣਾ। ਤੇ ਜੇ ਤੁਹਾਨੂੰ ਮੇਰਾ ਰਿਐਕਸ਼ਨ ਇਸ ਗਾਣੇ ਦੇ ਉੱਤੇ ਅੱਛਾ ਲੱਗਿਆ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ। ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤੇ ਇਸੇ ਤਰ੍ਹਾਂ ਆਪਾਂ ਗਾਣਿਆਂ ਨੂੰ ਕਵਰ ਕਰਦੇ ਰਹਾਂਗੇ ਕੋਕ ਸਟੂਡੀਓ ਪਾਕਿਸਤਾਨ ਸੀਜ਼ਨ 15 ਦੇ, ਜਿਹੜੇ ਇੰਨੇ ਸੋਹਣੇ ਸੋਹਣੇ ਗਾਣੇ ਬਣ ਰਹੇ, ਮੈਜਿਕ ਕ੍ਰੀਏਟ ਹੋ ਰਿਹਾ ਆਫਕੋਰਸ ਐਂਡ ਸੱਜਾਦ ਅਲੀ ਦੇ ਆਉਣ ਨਾਲ ਹੋਰ ਵੀ ਯੂ ਨੋ ਮੇਰੀ ਤਾਂ ਸਮਾਈਲ ਖਿੜ ਗਈ ਹੈ ਬਿਕੋਜ਼ ਆਈ ਲਵ ਹਿਸ ਸਿੰਗਿੰਗ, ਆਈ ਲਵ ਦ ਵੋਇਸ ਦੈਟ ਹੀ ਹੈਜ਼ ਐਂਡ ਜਦੋਂ ਤੋਂ ਮੈਂ ਸੱਜਾਦ ਅਲੀ ਨੂੰ ਸੁਣਨਾ ਸ਼ੁਰੂ ਕੀਤਾ ਆਈ ਹੈਵ ਆਲਵੇਜ਼ ਲਾਈਕ ਹਿਸ ਸੌਂਗਸ। ਅਬਾਊਟ 500,000 ਵਿਊਜ਼ ਇਹਦੇ ਆਲਰੇਡੀ ਹੋਣ ਲੱਗੇ ਹੈ, ਨੀਅਰਲੀ 7 hours ਹੋ ਗਏ ਹੈ ਗਾਣੇ ਨੂੰ ਰਿਲੀਜ਼ ਹੋਏ ਨੂੰ ਐਂਡ ਬਿਊਟੀਫੁਲ ਪੋਸਟਰ ਗਾਣੇ ਦਾ, ਬਿਊਟੀਫੁਲ ਥੰਬਨੇਲ ਲਾਇਆ ਉਹਨਾਂ ਨੇ ਫੁੱਲਾਂ ਦੇ ਵਿਚਕਾਰ, ਜੋ ਫਰਹੀਨ ਨੇ ਅਟਾਇਰ ਵੀ ਪਾਈ ਹੈ ਨਾ ਉਹ ਵੀ ਕਿੰਨੀ ਸੋਹਣੀ ਲੱਗ ਰਹੀ ਹੈ, ਇਹਨਾਂ ਦੋਨਾਂ ਦੇ ਅਟਾਇਰਸ ਜਿਹੜੇ ਹੈ ਨਾ ਉਹ ਬੜੇ ਕੰਪਲੀਮੈਂਟ ਕਰ ਰਹੇ ਹੈ ਪੂਰੇ ਮਾਹੌਲ ਨੂੰ, ਬਹੁਤ ਸੋਹਣਾ ਲੱਗ ਰਿਹਾ। ਸੋ ਚਲੋ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਰਿਐਕਸ਼ਨ ਦੇ ਨਾਲ, ਉਨੀ ਦੇਰ ਤੁਸੀਂ ਆਪਣਾ ਧਿਆਨ ਰੱਖੋ, ਆਪਣੀ ਫੈਮਿਲੀ ਦਾ ਧਿਆਨ ਰੱਖੋ, ਆਪਣੇ ਮੰਮੀ ਡੈਡ ਦਾ ਬਹੁਤ ਧਿਆਨ ਰੱਖੋ ਔਰ ਬੜੇ ਖੁਸ਼ ਰਹੋ, ਬੜੇ ਪੋਜ਼ਿਟਿਵ ਰਹੋ। ਜੇ ਤੁਹਾਡੇ ਕੋਈ ਡ੍ਰੀਮਸ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਤੇ ਅੱਗੇ ਵੱਧਦੇ ਰਹੋ। ਸੋ ਗਾਣਾ ਚੱਲ ਚੱਲੀਏ ਇਜ਼ ਸੋ ਗੁੱਡ ਐਂਡ ਆਈ ਹੈਵ ਲਵਡ ਇਟ।